एक भाई सानू ठगां दी गल सुनाउण लग्गिआ। एक दखाण सी ठग, एक जट सी ठग। दखाण ने म्यान च लकड़ दा मुठ्ठा पा लिया तलवार च, उहने उत्ते पा लिया जट ने गोहा, थले पा ली घ्यो, आना उत्ते पा लिया थोड़ा जिहा घ्यो उंगल उंगल, थले पा लिया गोहा पीपी च। ओ कहना भी कोई घ्यो ले लो घ्यो, ओ कहना कोई तलवारां ले लो तलवारां, ओ कहना मैनू दे तलवार, ओ कहना मैं घ्यो लेना है। जट उहनू दिखाण नूं कहिंदा हां, इह दिखाण ने उहनू तलवार देती। जदों उहने उहनू देते घ्यो, जदों लिया के घरे कढी उहने जट ने, उहदे विच तां लकड़ दा मुठ्ठा म्यान, जदों उहने दखाण ने घ्यो देखिया उहदे विच तां गोहा माड़ा जिहा उंगल उंगल, उह फिर कट्ठे हो गए ठग। उह कहिंदा यार तूं ठग झोटी दे, उह कहिंदा ठग तूं भी झोटी दे। कहिंदा फिर आपां इहनां गल्लां तों की लैणा, कितें ठगी ना मारीए। उह कहिंदा चल आपां मारीए ठगी, कितें आपां दोनों जाणे चलदे आं। ਉਹ ਬਾਗੇ ਕਿਸੇ ਹੋਰ ਪਿੰਡ ਦੂਰ ਬਾਗੇ, ਉੱਥੇ ਇੱਕ ਬਾਣੀਆਂ ਮਰਿਆ ਸੀ, ਉਹਦੇ ਕੋਲ ਧਨ ਪਦਾਰਥ ਬਹੁਤ ਸੀ। ਉਹਨਾਂ ਨੇ ਵਿੜਕ ਲਈ ਵੀ ਬਾਣੀਆਂ ਮਰ ਗਿਆ, ਵੀ ਧਨ ਪਦਾਰਥ ਬਹੁਤ ਆ ਇਹਦੇ ਕੋਲੇ। ਦਿਖਾਉਣ ਨੂੰ ਜੱਟ ਕਹਿੰਦਾ ਕਿਵੇਂ ਕਰੀਏ। ਉਹ ਕਹਿੰਦਾ ਐਂ ਕਰਦੇ ਆ ਵੀ ਮੈਨੂੰ ਤਾਂ ਤੂੰ ਛੱਤ ਦੇ ਇੱਥੇ ਉੱਤੇ ਧਰ ਦਿੰਦੇ ਆ, ਸੋਹਾ ਵਿੱਚ ਬੈਲਡਾਂ ਜਿਹਾ ਰੱਖ ਲੈਂਦੇ ਆ, ਟੋਆ ਪੱਟ ਕੇ ਮੈਨੂੰ ਵਿੱਚ ਬਹਾ ਦੇ, ਮੈਂ ਬੋਲੂ ਤੂੰ ਬੁਲਾਈ ਵੀ ਇਹਨੇ ਕੀ ਕੁਛ ਦੇਣਾ ਤੁਹਾਡਾ, ਆਪਾਂ ਕਹਾਂਗੇ ਇੰਨੇ ਰੁਪਈਏ, ਇਹ ਸਾਡੇ ਘਰ ਤੇ ਚੱਲਦਾ ਸੀ। ਬਈ ਜੱਟ ਉਹਨਾਂ ਦੇ ਘਰੇ ਜਾ ਕੇ ਸੱਥਰ ਤੇ ਬਹਿ ਗਿਆ ਜਾ ਕੇ, ਤੇ ਉਹ ਕਹਿੰਦੇ ਵੀ ਬਾਲਾ ਬਾਣੀਆਂ ਦੇਖ ਲੈ, ਚੰਗਾ ਸੀ ਮੌਤ ਮੂਹਰੇ ਕੀ ਹੈ, ਮੌਤ ਨੇ ਤਾਂ ਆਉਣਾ ਹੀ ਆਉਣਾ, ਇੰਨਾ ਪੈਸਾ ਠਿੱਕਰ ਕਿੰਨਾ ਇਹਨਾਂ ਦਾ ਦੇਖ ਲੈ। ਜੱਟ ਬੈਠਾ ਰਿਹਾ, ਜੱਟ ਕਹਿੰਦਾ ਭਰਾਵੋ ਸਾਡੇ ਨਾਲ ਤਾਂ ਮਿਲਾਵਤੀ ਪੈਸਾ ਠਿੱਕਰ ਤੇ ਜਿਹੜਾ ਸਾਡਾ ਹੀ ਚੱਲਦਾ ਸੀ, ਸਾਥੋਂ ਲਿਆਉਂਦਾ ਹੁੰਦਾ ਇਹ। ਅਸੀਂ ਕਿਤੇ ਇਹਦੇ ਨਾਲ ਲੇਖਾ ਹੀ ਨਹੀਂ ਸੀ ਕਰਿਆ, ਮੰਗਿਆ ਨਹੀਂ ਸੀ ਵੀ ਕਿੰਨੇ ਕੁ ਲੈਣੇ ਨੇ ਕਿੰਨੇ ਕੁ ਦੇਣੇ ਨੇ। ਉਹਨਾਂ ਨੇ ਤਾਂ ਕੰਨ ਚੱਕ ਲਏ ਸਾਰਿਆਂ ਨੇ, ਇਹਦਾ ਆਹ ਕੀ ਹੋ ਗਿਆ, ਕੋਈ ਗਵਾਹ ਗਬੂ ਆ ਦੇ, ਗਵਾਹ ਬਥੇਰੇ ਨੇ ਹੁਣ ਤਾਂ, ਉਹੀ ਗਵਾਹ ਹੈ ਜਿਹੜਾ ਮਰ ਗਿਆ ਸਾਡੇ ਨਾਲ ਇੰਨਾ ਪਿਆਰ ਸੀ, ਹੋਰ ਹੁਣ ਸਾਡਾ ਕਿਹੜਾ। ਉਹ ਤਾਂ ਕਹਿੰਦੇ ਫਿਰ ਕੀ ਪਤਾ ਲੱਗੇ, ਜੱਟ ਕਹਿੰਦਾ ਸਾਡੇ ਨਾਲ ਇੰਨਾ ਪਿਆਰ ਸੀ, ਸਿਵਾ ਬੁਲਾ ਲਓ, ਸਿਵੇ 'ਚੋਂ ਵੀ ਬੋਲੂ ਉਹ ਸਾਡੇ ਨਾਲ। ਉਹ ਕਹਿੰਦੇ ਚਲੋ, ਬਾਣੀਆਂ ਦੇ ਜਵਾਕਾਂ ਨੇ ਕਿਹਾ ਬਾਈ ਆਹ ਜੱਟ ਆਇਆ ਇਹਦਾ ਕੋਈ ਦੇਣਾ ਹੈ। ਉਹ ਕਹਿੰਦਾ ਇਹਦਾ ਦੇਣ ਨਹੀਂ ਦੇ ਸਕਦੇ, ਇਹਨੂੰ ਘੋੜੀ ਰੁਪਈਆਂ ਦੀ ਭਰ ਦਿਓ। ਉਹਨਾਂ ਨੇ ਤਾਂ ਬਾਈ ਘੋੜੀ ਲੈ ਕੇ ਰੁਪਈਆਂ ਦੀ, ਖੁਰਜੀਆਂ ਹੁੰਦੀਆਂ ਲਵੇ ਘੋੜੀ ਡੱਕਦੀ ਰੁਪਈਆਂ ਨਾਲ, ਡੱਕੀ ਰੁਪਈਆਂ ਨਾਲ। ਉਹਨੇ ਕਿਹਾ ਦਿਖਾਣ ਤੋਂ ਕੀ ਲੈਣਾ, ਭੈਣ ਨੇ ਤਾਂ ਬੈਠਾ ਰਹਿੰਦੇ ਘੋੜੀ ਹੱਕ ਲੈਂਦੇ ਜੱਟ ਨੇ। ਹਾਂ ਬਾਈ ਉਹ ਬਾਈ ਘੋੜੀ ਉਹਨੇ ਹੱਕ ਲਈ। ਦਿਖਾਣ ਨੇ ਕਿਹਾ ਚਿਰ ਖਾਸਾ ਹੋ ਗਿਆ, ਉਹ ਤਾਂ ਮੈਨੂੰ ਦੱਸਣ ਆਇਆ ਹੀ ਨਾ, ਉਹ ਤਾਂ ਕਿਤੇ ਲੈ ਗਿਆ, ਧਰ ਗਿਆ ਲੈ ਰੁਪਈਏ ਲੈ ਕੇ। ਦਿਖਾਣ ਨੇ ਪਿੰਡ ਤੋਂ ਦੀ ਗੇੜਾ ਦਿੱਤਾ, ਉਹਦਾ ਭੰਨਤਾ ਜਿਵੇਂ ਠੇਲੇ ਠੇਲਾ ਵੱਜਿਆ ਹੁੰਦਾ, ਮਾਰੀ ਢੁੱਡ ਸੁਆਹ ਵਿੱਚ ਡਿੱਗ ਪਈ ਜਾ ਬਾਹਰ ਆ ਗਿਆ। ਤੇ ਆ ਕੇ ਉਹਨੇ ਪਿੰਡ ਤੋਂ ਦੀ ਗੇੜਾ ਦਿੱਤਾ ਵੀ ਘੋੜੀ ਦੀ ਪੈਰ ਫੜ ਲਈ ਉਹਨੇ, ਵੀ ਆ ਗਿਆ ਉਹ ਤਾਂ ਲੈ ਕੇ ਘੋੜੀ ਆਏ। ਉਹ ਭਾਈ ਮਗਰ ਲੱਗ ਗਿਆ ਪੂਰਾ ਤੇਜ਼ ਤੁਰ ਕੇ, ਘੋੜੀ ਤੇ ਭਾਰ ਸੀ, ਉਹਨੇ ਦੇਖਿਆ ਵੀ ਹੋ ਜਾਂਦਾ। ਉਹ ਟੇਢ ਦੇ ਕੇ ਦੂਏ ਪਿੰਡ ਵੱਗ ਗਿਆ, ਉੱਥੋਂ ਜੁੱਤੀ ਲੈ ਲਈ ਇੱਕ ਵਧੀਆ ਪੂਰੀ। ਦਿਖਾਣ ਨੇ ਜਿਹੜੀ ਡੰਡੀ ਉਹਨੇ ਆਉਣਾ ਸੀ ਉੱਥੇ ਜੁੱਤੀ ਸਿੜਤੀ ਇੱਕ ਬਾਂਗ, ਤੇ ਉਹਨੇ ਕਿਹਾ ਇਹਦੀ ਜੁੱਤੀ ਪਈ ਹੈ ਕੋਲੇ, ਇੰਨੇ ਪੈਸੇ ਨੇ, ਇੱਕ ਜੁੱਤੀ ਹੈ ਨਾਲੇ ਚੱਕਦੇ ਕੀ ਕਰਾਂਗੇ, ਜੁੱਤੀ ਸਿਰੇ ਦੀ ਆ ਭੈਣ ਦੀ। ਜਦੋਂ ਗਿਆ ਅੱਧੀ ਕੁ ਮੀਲ ਹੋਰ ਉਹਨੇ ਫੇਰ ਸਿੜਤੀ, ਉਹ ਕਹਿੰਦਾ ਮਗਰਲੀ ਨਾ ਚੱਕ ਲਈਏ ਦੋ ਹੋ ਜਾਣਗੇ। ਹਾਂ ਹਾਂ ਜੱਟ ਤਾਂ ਮਗਰ ਜੁੱਤੀ ਚੱਕਣ ਭੱਜ ਗਿਆ, ਉਹ ਕੋਲੇ ਬੈਠਾ ਸੀ, ਉਹਨੇ ਘੋੜੀ ਹੱਕ ਲਈ। ਉਹਨੇ ਘੋੜੀ ਭਈ ਕੜਬ ਦੀਆਂ ਛੋਰੀਆਂ ਸੀ ਉਹਨਾਂ ਚ ਵਾੜਤੀ, ਉੱਤੇ ਦੇਤੀ ਕੜਬ ਨਾਲੇ ਆਪ ਲੋ ਗਿਆ, ਘੋੜੀ ਦਾ ਲਾਹਤਾ ਰੱਸਾ। ਤੇ ਉਹ ਭਈ ਉਹਨੇ ਕੀ ਕਰਿਆ ਪਿੰਡ ਜਾ ਕੇ, ਵੀ ਉਹ ਛਾਰੀਆਂ ਕਿਹਦੀਆਂ ਨੇ, ਕਹਿੰਦੇ ਫਲਾਨੇ ਦੀਆਂ। ਕਹਿੰਦਾ ਮੈਂ ਕੜਬ ਲਿਜਾਣੀਆਂ, ਡੰਗਰ ਭੁੱਖੇ ਨੇ, ਮੈਨੂੰ ਮੁੱਲ ਦੇ ਦਿਓ।
ਉਹਨੇ ਮੁੱਲ ਲੈ ਲਈ, ਇੱਕ ਲੈ ਗਿਆ ਸੀਖਾਂ ਵਾਲੀ ਡੱਬੀ, ਉਹਨੇ ਤਾਂ ਅੱਗ ਲਾ ਦਿੱਤੀ ਉਹਨੇ ਜੱਟ ਨੇ ਦਿਖਾਣ ਤਾਂ ਜਿੱਧਰ ਧੂੰਆਂ ਤੇ ਉੱਧਰ ਘੋੜੀ ਜੇ ਛੱਡੀ ਤੀ, ਉੱਧਰ ਹੀ ਫੇਰ ਲੱਦ ਕੇ ਖੁਰਜੀ ਭੱਜ ਗਿਆ, ਪਦੀੜ ਪਾਤੀ ਉਹਨੇ ਘੋੜੀ ਦੀ ਤੇ ਜੱਟ ਭਾਈ ਸ਼ੋਰੀਆਂ ਮੱਚ ਗਈਆਂ। ਜੱਟ ਨੇ ਕਿਹਾ ਸਾਲੋ ਨਿਕਲ ਗਿਆ। ਦਿਖਾਣ ਨੇ ਭਾਈ ਆ ਕੇ ਪੈਸੇ ਟੋਭੇ ਚ ਦੱਬਤੇ, ਟੋਭੇ ਚ ਦੱਬੇ, ਦਿਖਾਣ ਨੇ ਥੜੀ ਤੀ ਉੱਥੇ ਦੱਬਤੇ ਵੀ ਉੱਚੇ ਥਾਂ ਚ ਚਾਂਦੀ ਦੇ ਰੁਪਈਏ ਤੇ ਉਹਨਾਂ ਨੂੰ ਹੋਣਾ ਕੀ ਤੀ, ਪੁਰਜੀਆਂ ਦੱਬ ਕੇ ਤੇ ਆ ਕੇ ਪੈ ਗਿਆ। ਜੱਟ ਤਾਂ ਲੱਗ ਗਿਆ ਹਾਕਾ ਮਾਰਨ, ਉਹ ਭਰੀਆਂ ਫਲਾਨਾ ਸਾਂ, ਉਹ ਕਹਿੰਦੀ ਕੀ ਗੱਲ ਹੈ ਹੁਣ ਆਇਆ, ਉਹ ਤਾਂ ਵਿਚਾਰਾ ਕਿਦੋਂ ਬੌਂਦਾ ਰਾਤ ਨੂੰ ਥੱਕਿਆ ਪਿਆ ਪੈ ਗਿਆ। ਉਹ ਕਹਿੰਦਾ ਚੱਲ ਮੈਂ ਵੀ ਥੱਕਿਆ, ਮੇਰਾ ਯਾਰ ਆ ਇੱਥੇ ਰਾਤ ਕੱਟੂ ਮੈਂ ਵੀ। ਉਹ ਕਹਿੰਦੀ ਮੰਜਾ ਵਿਛਾਵਾਂ, ਕਹਿੰਦਾ ਮੈਂ ਤਾਂ ਇਹਦੇ ਨਾਲ ਹੀ ਪੈ ਜਾਊ। ਜੱਟ ਨੇ ਟੋਹਿਆ ਵੀ ਸਾਏ ਦੇ ਗੋਡਿਆਂ ਤੱਕ, ਪੈਰ ਠੰਡੇ ਪਏ ਨੇ, ਪੈਸੇ ਤਾਂ ਟੋਭੇ 'ਚ ਦੱਬਿਆ ਆ ਵੀ ਉੱਥੇ ਥੜੀ ਤੀ ਉਹ 'ਚ ਹੋਣਗੇ। ਜੱਟ ਨੇ ਦੇਖਿਆ ਭਾਈ ਫੁਰਜੀ ਉਹਦੀ ਪੈਰਾਂ ਨਾਲ ਲੱਗ ਗਈ ਥੜੀ 'ਤੇ। ਜੱਟ ਨੇ ਭਾਈ ਲਿਆ ਕੇ ਪੈਸੇ ਘਰੇ ਢੋ ਲਏ, ਚੱਕ ਲੈ ਲਿਆਂਦੇ। ਜੱਟ ਦਾ ਸਦੇਹੀ ਹਲ ਜੋੜ ਲਿਆ ਕਰੇ, ਖੇਤ ਵਗ ਜਾ ਕਰੇ, ਤੇ ਉਹਦੇ ਘਰਾਲੀ ਫੜਾਇਆ ਕਰੇ ਰੋਟੀ। ਉਹਨੇ ਕਿਸੇ ਉਹਨਾਂ ਦੱਸਿਆ ਵੀ ਮੇਰੇ ਆਪਣੇ ਪੈਸੇ ਚੱਕੀ ਥੱਲੇ ਦੱਬਤੇ, ਚੁੱਲ੍ਹੇ ਥੱਲੇ ਦੱਬਤੇ, ਤੇ ਦਿਖਾਣ ਬਿੜਕ ਰੱਖਿਆ ਕਰੇ ਵੀ ਇਹ ਕਰਦਾ ਕੀ ਹੈ, ਕਿੱਥੇ ਜਾਂਦਾ, ਕਿੱਥੇ ਆਉਂਦਾ। ਦਿਖਾਣ ਨੇ ਕਿਹਾ ਵੀ ਇਹ ਸਾਲ ਜੋੜਦਾ ਤੜਕੇ, ਇਹਦੇ ਘਰਾਲੀ ਆਉਂਦੀ ਆ ਰੋਟੀ ਲੈ ਕੇ। ਦਿਖਾਣ ਨੇ ਵਧੀਆ ਬਣਾ ਕੇ ਟੈਂਟ ਮੈਂ ਇੱਕ ਦਿਨ ਉਹੋ ਜਿਹਾ ਹੀ ਸੂਟ ਪਾ ਲਿਆ ਜਿਹਾ ਜਿਹਾ ਉਹਦੇ ਸੀ, ਉਹੋ ਜਿਹੇ ਕੱਪੜੇ, ਉਹੀ ਜਿਹੀ ਜੁੱਤੀ, ਸਾਰਾ ਕੁਛ ਉਹਦੇ ਨਾਲ ਦਾ ਪਾ ਲਿਆ ਉਹਦੇ ਘਰਵਾਲੀ ਦੇ, ਜੱਟ ਦੇ ਘਰਵਾਲੀ ਦੇ। ਧਰ ਕੇ ਰੋਟੀ ਪਰਾਂ ਨੂੰ ਮੂੰਹ ਕਰਕੇ ਬਹਿ ਗਿਆ ਦਿਖਾਣ। ਉਹ ਕਹਿੰਦਾ ਕੀ ਗੱਲ ਆ ਤੂੰ ਗੁੱਸੇ ਘਬਰਾਉਣੀ ਹੈ? ਉਹ ਕਹਿੰਦੀ ਘਬਰਾਉਣ ਵਾਲੀ ਕੀ ਗੱਲ ਹੈ, ਚ ਮੈਂ ਰੋਟੀ ਢੋਦੀ ਮਰ ਜੂੰ, ਤੂੰ ਹਲ ਢੋਦਾ ਮਰ ਜਾਏਗਾ, ਨਾ ਸਾਰੀ ਉਮਰ ਕੁਛ ਬਣਨਾ ਨਾ ਬਣਾਉਣਾ। ਉਹ ਕਹਿੰਦਾ ਬਣਨਾ ਬਣਾਉਣਾ ਕਿਉਂ ਨੀ, ਤੂੰ ਚੱਕੀ ਥੱਲੇ ਚੁੱਲ੍ਹੇ ਥੱਲੇ। ਕਹਿੰਦਾ ਮਾਈ ਮਾਇਆ ਪਈ ਆ ਆਪਣੀ ਜਿੰਨੀ ਮਰਜ਼ੀ। ਦਿਖਾਣ ਨੇ ਕਿਹਾ ਬਣ ਗਿਆ ਕੰਮ। ਦਿਖਾਣ ਨੇ ਸੁਣ ਲਿਆ ਭਈ, ਦਿਖਾਣ ਤਾਂ ਚੱਕ ਕੇ ਭਾਂਡਾ ਠੇਕਰ ਜਾ ਮਾੜਾ ਮੋਟਾ ਕੱਢ ਕੇ ਕੁੰਡ ਜਾ ਪਿੰਡ ਵੱਜਿਆ। ਜਦੋਂ ਰੋਟੀ ਲੈ ਕੇ ਗਈ ਉਹਦੇ ਘਰਵਾਲੀ, ਕਹਿੰਦੀ ਆ ਜਾ ਰੋਟੀ ਖਾ ਲਿਆ। ਉਹ ਕਹਿੰਦਾ ਹੁਣ ਤਾਂ ਖਾ ਲਈ ਲੰਘਦੀ ਨੀ, ਉਹਦਾ ਆਹ ਮੇਰਾ ਪੈਸੇ ਲੈ ਗਿਆ ਕਹਿੰਦਾ ਕੱਢ ਕੇ। ਉਹ ਕਹਿੰਦੀ ਤੈਨੂੰ ਕੀ? ਕਹਿੰਦਾ ਨਾ ਉਹ ਪੈਸੇ ਤਾਂ ਉਹ ਲੈ ਗਿਆ ਕੱਢ ਕੇ ਭਈ। ਦਿਖਾਣ ਨੇ ਪੈਸੇ ਆਉਂਦੇ ਨੂੰ ਕੱਢ ਲਏ, ਉਹ ਕੱਢ ਕੇ ਦਿਖਾਉਣ ਲੈ ਗਿਆ ਲੈ ਗਿਆ। ਦਿਖਾਣ ਦਿਖਾਣ ਜੱਟੀ ਨੂੰ ਕਹਿੰਦਾ ਆਪਣਾ, ਦਿਖਾਣ ਆਪਣਾ ਘਰੇ ਲਿਆ ਕੇ ਪੈਸੇ ਦਿਖਾਣੀ ਨੂੰ ਕਹਿੰਦਾ ਵੀ ਜੇ ਇੱਥੇ ਜੱਟ ਆਵੇ ਤੂੰ ਉਹਨੂੰ ਕਹਿ ਦੇ ਵੀ ਉਹ ਗੁਜ਼ਰ ਗਿਆ ਜੀ। ਮੈਂ ਕਹਿੰਦਾ ਸਾਹ ਖਿੱਚ ਕੇ ਪੈ ਜਾਣਾ, ਹੋਰ ਹੁਣ ਕੋਈ ਇੰਤਜ਼ਾਮ ਨਹੀਂ ਭੈਣ ਦੇ ਯਾਰ ਦਾ। ਉਹ ਕਹਿੰਦੀ ਕੋਈ ਨਾ ਭਈ। ਉਹਨੇ ਜਦੋਂ ਕਿਹੜੇ ਹਲ ਸੁੱਜਣੇ ਤੇ ਕਿਹੜੀਆਂ ਪੰਜਾਲੀਆਂ ਪਲੀੜਾਂ ਪੈਂਦੀਆਂ ਆ ਗਈਆਂ ਘਰ ਨੂੰ, ਘਰ ਬੰਨ ਕੇ ਬਲਦ ਉਹਨਾਂ ਦੇ ਦਿਖਾਣਾਂ ਦੇ ਵੱਜਿਆ। ਉਹ ਕਹਿੰਦਾ ਇੱਥੇ ਮੇਰਾ ਮਿੱਤਰ ਨਹੀਂ ਆਇਆ। ਉਹ ਕਹਿੰਦੀ ਕਾਹਦਾ ਆਇਆ ਨਾਲੇ? ਕਹਿੰਦਾ ਕੀ ਗੱਲ? ਉਹ ਤਾਂ ਕਹਿੰਦੀ ਗੁਜ਼ਰ ਗਿਆ। ਕਹਿੰਦਾ ਚੱਲ ਫਿਰ ਠੀਕ ਹੈ, ਹੁਣ ਮਿੱਤਰਾਂ ਦੀ ਤਾਂ ਪਗਾਉਣੀ ਫੂਕ ਤਾਂ ਆਉਣੇ ਮੇਰੇ ਸਹੁਰੇ। ਜੱਟ ਨੇ ਤਾਂ ਲੱਤ 'ਚ ਪਾ ਲਿਆ ਰੱਸਾ, ਘੜੀਸ ਕੇ ਸਿਵਿਆਂ 'ਚ ਲੈ ਗਿਆ। ਉੱਥੇ ਚਾਰ ਚੋਰੀ ਕਰਨ ਆਏ ਚੋਰ, ਸਿਵਿਆਂ ਤੋਂ ਪਿੰਡ 'ਚ ਸਿਵੇ ਰਾਜ 'ਤੇ, ਉੱਥੇ ਉਹ ਦਿਖਾਣ ਪਿਆ। ਉਹ ਕੋਲੇ ਮਾਤਾ ਰਾਣੀ ਦੀ ਜੱਟ ਵੜ ਕੇ ਮਾਤਾ ਰਾਣੀ 'ਚ ਬਹਿ ਗਿਆ। ਉਹ ਕਹਿੰਦਾ ਜਰ ਜੇ ਅੱਜ ਮਾਇਆ ਮਿਲ ਜੇ, ਕਹਿੰਦਾ ਇਹਦੇ ਕੱਫਣ ਪਾਈਏ, ਇੱਕ ਆਹਦਾ ਜੇ ਮਾਇਆ ਮਿਲ ਜੇ ਤਾਂ ਫੁੱਲ ਪਾ ਕੇ ਆਵਾਂ, ਇੱਕ ਆਹਦਾ ਜੇ ਮਾਇਆ ਮਿਲ ਜੇ ਤਾਂ ਪਾਠ ਕਰਾਵਾਂ, ਇੱਕ ਆਹਦਾ ਜੇ ਮਾਇਆ ਮਿਲ ਜੇ ਤਾਂ ਚਾਰ ਖੌਂਸੜੇ ਲਾਵਾਂ। ਭਾਈ ਮਾਇਆ ਉਹਨਾਂ ਨੂੰ ਮਿਲ ਗਈ। ਉਹ ਆਹਦਾ ਕੱਫਣ ਚਰਖ ਹੁਣ ਮੇਰੇ ਕੋਲ ਕਿੱਥੇ ਕਿਤੇ ਫੇਰ ਹੀ ਪਾ ਦਿਆਂਗੇ। ਉਹ ਕਹਿੰਦਾ ਪਾਠ ਵੀ ਕਿਤੇ ਫੇਰ ਹੀ ਕਰਾ ਦਿਆਂਗੇ, ਅਤੇ ਉਹ ਕਹਿੰਦਾ ਵੀ ਇਹ ਕਿਤੇ ਲੱਕੜਾਂ ਨੇ ਉਹ ਫੇਰ ਕਿਤੇ ਪਾ ਦਿਆਂਗੇ, ਇੱਕ ਨੇ ਸੁੱਖਿਆ ਸੀ। ਅਤੇ ਉਹ ਕਹਿੰਦਾ ਮੈਂ ਤਾਂ ਯਾਰਾਂ ਨੇ ਤਾਂ ਖੌਂਸੜੇ ਲਾਉਣੇ ਨੇ, ਮੈਂ ਤਾਂ ਕੱਢ ਲਿਆ ਉਹਨੇ ਫੇਡਾ। ਉਹਨੇ ਤਾਂ ਜਦੋਂ ਦੋ ਤਿੰਨ ਮਾਰੇ ਘਕਾ ਕੇ ਧੌੜੀ ਦੇ। ਦਿਖਾਣ ਕਹਿੰਦਾ ਕੋਈ ਹੈਗਾ ਮੁਰਦਿਆਂ ਚੋਂ? ਜੱਟ ਕਹਿੰਦਾ ਬਥੇਰੇ ਆ, ਚੋਰ ਤਾਂ ਛੱਡ ਕੇ ਭੱਜ ਗਏ, ਭੂਤ ਆ ਗਏ ਭਈ, ਭੱਜ ਗਏ ਭਈ। ਉਹ ਹਿਸਾਬ ਕਰਨ ਲੱਗ ਗਏ ਵੀ ਇੰਨੇ ਤਾਂ ਉਹ ਨੇ ਆਪਣੇ, ਇੰਨੇ ਆਹ ਨੇ ਆਪਣੇ।
ਇੱਕ ਦਮੜੀ ਦਾ ਉਹਨਾਂ ਦਾ ਰੌਲਾ ਰਹਿ ਗਿਆ, ਇੱਕ ਪੈਸੇ ਦਾ। ਚੋਰਾਂ ਵਾਲੇ ਵੀ ਉਹਨਾਂ ਕੋਲੇ ਰਹਿ ਗਏ, ਚੋਰਾਂ ਵਾਲੇ ਵੀ ਉਹਨਾਂ ਕੋਲੇ ਰਹਿ ਗਏ। ਉਹ ਸਾਰੇ ਹਿਸਾਬ ਕਰ ਲਿਆ ਉਹਨਾਂ ਨੇ। ਜਦੋਂ ਹਿਸਾਬ ਕਰਨ ਲੱਗ ਗਏ, ਚੋਰ ਆਏ ਦੇਖਣ ਵੀ ਭੂਤ ਸਾਲੇ ਕੀ ਕਰਦੇ ਨੇ। ਉਹਨੇ ਜਦੋਂ ਵਿੱਚ ਮੂੰਹ ਦਿੱਤਾ ਚੋਰ ਦੀ, ਉਹਨੇ ਪੱਗ ਲਾ ਲਈ, ਕਹਿੰਦਾ ਚੱਕ ਪੱਗ, ਇੱਕ ਦਮੜੀ 'ਚ ਪੂਰੇ ਹੋ ਗਏ। ਚੋਰ ਭੱਜ ਗਏ ਭਾਈ, ਉਹ ਘਰੇ ਲਿਆਏ, ਅੱਧੇ ਉਹਨੇ ਵੰਡ ਲਏ, ਅੱਧੇ ਉਹਨੇ ਵੰਡ ਲਏ ਠੱਗਾਂ ਨੇ। ਤੇ ਐਡੀ ਕਹਾਣੀ ਮੈਂ ਜਾਣਦਾ, ਮੈਂ ਸੁਣੀ ਹੈ, ਠੀਕ ਹੈ।